ਮੁੱਲ ਨੇੜੇ ਚੁੰਘਦੇ ਨੇ ਲੁੱਲੇ, ਭੈਣ ਦੇ ਲੋੜਾਂ ਨੇ ਇਸਲਾਮ ਦੀ ਚੰਗੀ ਬੇਇੱਜ਼ਤੀ ਕਰਾਈ ਆ। ਇਹ ਤਾਂ ਐਂ ਕਹਿੰਦੇ ਨੇ ਵੀ ਇਸਲਾਮ ਦੀ ਇੰਨੀ ਮਾਰੀ ਲਾਉਂਦੇ ਲੋ। ਜਨਰਲ ਕਿਆਨੀ ਤੇ ਆਏ ਆ ਸਈਦ ਅਹਿਮਦ ਗੁੱਲ, ਜਿਹਦੀ ਮਾਂ ਦੀ ਫੁੱਤੇ ਚ ਬੜਿਆ ਸੀ ਅਟਲ ਬਿਹਾਰੀ ਵਾਜਪੇਈ ਦਾ ਲੁੱਲ, ਉਹ ਵੀ ਕਹਿ ਰਿਹਾ ਵੀ ਹੁਣ ਜਦਮੀਰ ਦੀ ਛੋਟੀ ਕੁੜੀ ਦਾ ਫੁੱਦਾ ਵੀ ਪਾੜ ਦਿੱਤਾ ਜਾਵੇ ਪੂਰੀ ਤਰ੍ਹਾਂ। ਮੈਂ ਕਿਹਾ ਅੱਗੇ ਮੇਰੀ ਕੁੜੀ ਦੀ ਘੱਟ ਫੁੱਦੀ ਪਾੜੀ ਆ, ਤੁਸੀਂ ਜਿਹੜਾ ਹੋਰ ਪੜਵਾਉਣੀ ਆ। ਅਹਿਮਦ ਗੁੱਲ ਆਪਣੀ ਕੁੜੀ ਦਾ ਫੁੱਦਾ ਦਾ ਪੂਰਾ ਸਾਰਾ ਮਿੱਟੀ ਕਰਾ ਚੁੱਕਾ, ਜਣੇ ਖੜੇ ਇਜ਼ਰਾਈਲੀ ਸੋਲਜਰ ਇੰਡੀਅਨ ਆਰਮੀ ਸੋਲਜਰਾਂ ਦਿਲਾਂ ਨੂੰ ਛੁਪਾ ਚੁੱਕਾ, ਤੇ ਉਹਦੀ ਕੁੜੀ ਦਾ ਫੁੱਦਾ ਹੁਣ ਬਿਲਕੁਲ ਹੀ ਖਤਮ ਹੋ ਚੁੱਕਾ ਤੇ ਉਹਦਾ ਕੋਈ ਰੇਟ ਵੀ ਨਹੀਂ ਹੈਗਾ। ਇਸ ਕਰਕੇ ਉਹ ਚਾਹੁੰਦਾ ਵੀ ਉਹ ਮੇਰੀ ਕੁੜੀ ਨੂੰ ਗੋਦ ਲੈ ਕੇ ਉਹਦੇ ਪੋਸੜੇ ਦੇ ਵਿੱਚ ਇਜ਼ਰਾਈਲੀ ਅਮਰੀਕਾ ਦਿਲਾਂ ਨੂੰ ਪਵਾ ਕੇ ਚਾਰ ਪੈਸੇ ਇਕੱਠੇ ਕਰੇ, ਜਦਕਿ ਇਹ ਮੇਰਾ ਹੱਕ ਹੈ। ਮੈਂ ਮਦਰਸਿਆਂ ਚ ਮੁੱਠ ਮਾਰਦਾ ਰਿਹਾ, ਮੈਂ ਮਦਰਸਿਆਂ ਚ ਜਿੰਨੀਆਂ ਸਾਡੀਆਂ ਮੁਸਲਮਾਨ ਭੈਣਾਂ ਦੇ ਫੁੱਦਿਆਂ ਚ ਲੰਘ ਜਾਂਦੇ ਸੀ, ਕੱਸੇ ਗਿਣਦਾ ਹੁੰਦਾ ਸੀ, ਦੇਖਦਾ ਹੁੰਦਾ ਸੀ ਸਾਡੀ ਕਿਹੜੀ ਭੈਣ ਇੰਡੀਆ ਦੇ ਕਿੰਨੇ ਲਾਨੇ ਲੈਂਦੀ ਹੈ, ਕਿੰਨੀ ਵਾਰ ਕੱਥਾ ਵੱਜਦਾ ਹੈ, ਕਿੰਨੇ ਚੁੱਪੇ ਮਾਰਦੀ ਹੈ, ਤੇ ਮੈਨੂੰ ਸਾਲਾ ਇਹਦੇ ਬਦਲੇ ਕੀ ਮਿਲਿਆ ਲਾਨੇ ਬਾਬੇ ਦਾ। ਮੈਂ ਆਪਣੀ ਕੁੜੀ ਨੂੰ ਜਵਾਨ ਕੀਤਾ ਪੂਰਾ, ਉਹਦੀ ਫੁੱਦੀ ਦੀ ਵਾਰ ਹਮੇਸ਼ਾ ਸ਼ੇਪ ਕੀਤੇ, ਗੇੜੀਆਂ ਨੂੰ ਉਹਦੀ ਫੁੱਦੀ ਪਸੰਦ ਆਵੇ, ਤੇ ਹੁਣ ਜਦੋਂ ਪੈਸੇ ਕਮਾਉਣ ਦੀ ਵਾਰੀ ਆਈ ਤਾਂ ਕਿਹਾ ਜਾ ਰਿਹਾ ਵੀ ਜਾਲ ਹਮੀਰ ਆਪਣੀ ਕੁੜੀ ਦੀ ਫੁੱਦੀ ਤੋਂ ਜਿਹੜਾ ਕਮਾਈ ਕਰੂਗਾ ਉਹਦੇ 50% ਹਿੱਸਾ ਆਰਮੀ ਨੂੰ ਤੇ ISI ਨੂੰ ਦੇਣਾ ਪੈਣਾ। ਮੇਰੀ ਗੱਲ ਸੁਣ ਲਓ, ਮੈਂ ਨਹੀਂ ISI ਨੂੰ ਹਿੱਸਾ ਦੇਣਾ। ਰਹਿਮਤ ਡੇ ਵਾਸਤੇ ਇੱਥੇ ਸ਼ਰਿਆਮ ਵੰਡ ਮਾਰ ਗਿਆ, ਉੱਥੋਂ ਪੈਸੇ ਲੈ ਲਏ ਤੇ ਮੈਨੂੰ ਵੀ ਨਹੀਂ ਪੈਸੇ ਦਵਾਉਂਦੇ ਭੈਣ ਦੇ ਲੋੜੇ। ਇਹ ਤਾਂ ਹੱਲਾ ਗੁੱਲਾ ਕਰਕੇ ਮੇਰੀ ਬੁੜ ਚ ਲੁੱਲ ਦਿੰਦੇ ਆ, ਏਦਾਂ ਨੀ ਕੰਮ ਚੱਲਣਾ। ਤੁਸੀਂ ਮੁੱਲੇ ਜਿਹੜੇ ਘਰੇ ਬੈਠੇ ਹੋ ਸਾਰੇ ਮਦਰਸਿਆਂ ਚ ਬੈਠ ਕੇ ਬੁੜ ਚ ਬੁੜਾ ਲੈਂਦੇ ਹੋ ਮਾਂ ਦੇ ਲੋੜੇ, ਤੁਸੀਂ ਆਪਣੀ ਭੈਣਾਂ ਦੇ ਫੁੱਦੇ ਕੱਟ ਪੜਵਾਉਣੇ ਆ, ਮੈਨੂੰ ਦੱਸ ਦੋ ਕਦ ਤੱਕ ਜੇ ਨਵੀਂ ਦੇ ਜਹਾਦ ਦੀ ਤੁਸੀਂ ਮਾਂ ਦੀ ਫੁੱਦੀ ਬਰਬਾਦ ਕਰਨੀ ਆ। ਕਿੰਨਾ ਚਿਰ ਹੋਰ ਇੰਡੀਆ ਦੇ ਲੰਘ ਸਾਡੀ ਭੈਣਾਂ ਦੇ ਫੁੱਦੇ ਜਾਣੇ ਨੇ। ਸ੍ਰੀਨਗਰ ਦੇ ਵਿੱਚ ਤਾਂ ਕਸ਼ਮੀਰੀ ਸੈਨਿਕਾਂ ਦੇ ਬੰਦੇ ਸਿੱਧੇ ਹੀ ਸਾਡੀਆਂ ਮੁਸਲਮਾਨ ਕੁੜੀਆਂ ਦੀ ਫੁੱਦੀਆਂ ਦੇ ਵਿੱਚ ਲੰਘ ਤੱਕ ਕੇ ਕਹਿ ਦਿੰਦੇ ਨੇ ਅੱਲਾ ਗੁੱਲਾ ਪਾਕਿਸਤਾਨ ਦੀ ਗਾਣ ਚ ਲੁੱਲਾ, ਤੇ ਤੁਸੀਂ ਇੱਥੇ ਘਰੇ ਬੈਠੇ ਆਪਣੀ ਭੈਣਾਂ ਦੀ ਫੁੱਦੀਆਂ ਫੜਦੀਆਂ ਦੇਖਦੇ ਹੋ, ਕੱਸੇ ਸਹੀ ਤਰੀਕੇ ਨਾਲ ਨੀ ਗਿਣਦੇ। ਇਕਨੋਮੀ ਬਹੁਤ ਡਾਊਨ ਹੋਈ ਪਈ ਆ, ਇਸਲਾਮ ਦੀ ਮਾਂ ਦੀ ਲੰਨ ਬੜੀ ਪਈ ਆ, ਮੱਕੇ ਮਦੀਨੇ ਚ ਤਾਂ ਏਦਾਂ ਸ਼ੈਤਾਨ ਨੇ ਵੀ ਅੱਲਾ ਦੀ ਮੁੰਡ ਨੀ ਮਾਰੀ ਸੀ ਜਿੰਨੀ ਤੁਸੀਂ ਭੈਣ ਚੋਦੋ। ਇੱਥੇ ਪਾਕਿਸਤਾਨ ਜਿਹੜਾ ਕਿ ਅਸੀਂ ਇਸਲਾਮ ਦੇ ਨਾਮ ਤੇ ਸਭ ਤੋਂ ਵੱਡਾ ਗਾਂਢ ਪੰਗਾ ਬਣਾਇਆ ਸੀ, ਉਹਨੂੰ ਤੁਸੀਂ ਬਦਨਾਮ ਕਰਤਾ।